ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਝੋਨਾ ਆਪਦੇ ਜੋ ਪੁਰਾਣੇ ਰੰਗ ਦੇ ਉੱਪਰ ਮੁੜ ਤੋਂ ਵਾਪਸ ਆਉਣਾ ਸ਼ੁਰੂ ਹੋ ਗਿਆ ਯਾਨੀ ਕਿ ਜੋ ਰੇਟ ਨੇ ਉਹਨਾਂ ਦੇ ਵਿੱਚ ਪਹਿਲੇ ਨਾਲੋਂ ਤੇਜ਼ੀ ਦੇਖਣ ਨੂੰ ਮਿਲੀ ਹੈ ਜਿਹੜੀਆਂ ਮੇਨ ਨਵੀਆਂ ਕਿਸਮਾਂ ਜੋ ਮੰਡੀ ਦੇ ਵਿੱਚ ਆ ਰਹੀਆਂ ਨੇ ਜਿਵੇਂ ਕਿ 11 21 17 18 ਇਨਾਂ ਦੇ ਰੇਟ ਕਾਫੀ ਜੋ ਚੰਗੇ ਜੋ ਸ਼ੁਰੂਆਤੀ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਮਿਲ ਰਹੇ ਨੇ 11-12 ਦੀ ਗੱਲ ਕਰੀਏ ਤਾਂ 4361 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਤੱਕ ਜੋ ਬੀਤੇ ਦਿਨ ਰੇਟ ਰਿਹਾ ਤੇ 17-18 ਦੀ ਗੱਲ ਕਰੀਏ ਇਹ 3901 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਐ ਸੋ ਪਹਿਲੇ ਨਾਲੋਂ ਰੇਟਾਂ ਦੇ ਵਿੱਚ ਕਾਫੀ ਜੋ ਸੁਧਾਰ ਦੇਖਣ ਨੂੰ ਮਿਲਿਆ ਜੇ ਉੱਥੇ ਨਾਲ ਦੀ ਨਾਲ 1509 ਦੀ ਗੱਲ ਕਰੀਏ ਤਾਂ ਇਹ ਵੀ 34350 ਦਾ ਟੋਪ ਦਾ ਰੇਟ ਕਈ ਮੰਡੀਆਂ ਦੇ ਵਿੱਚ ਰਿਹਾ ਹੈ ਸੋ ਹੁਣ ਜਿਹੜੀਆਂ ਮੰਡੀਆਂ ਤੇ ਮੇਨ ਮੇਨ ਰੇਟ ਚੱਲ ਰਹੇ ਨੇ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਆ ਟੁਹਾਣਾ ਮੰਡੀ ਦੀ ਤਾਂ ਇੱਥੇ 1509 ਕੰਬਾਈਨ ਵਾਲਾ 2960 ਰੁਪਏ ਪ੍ਰਤੀ ਕੁਇੰਟਲ ਰਿਹਾ 1747 2825 ਰੁਪਏ 1718 3240 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਹਾ ਉਸ ਤੋਂ ਬਾਅਦ ਕੈਥਲ ਮੰਡੀ 1509 ਕੰਬਾਈਨ ਵਾਲਾ 2800 ਰੁਪਏ ਖੈਰ ਮੰਡੀ 1509 ਕੰਬਾਈਨ ਵਾਲਾ 2601 ਰੁਪਏ 1509 ਜੋ ਹੱਥ ਵਾਲਾ ਉਹ 2791 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਹਾ ਕਲਾਇਤ ਮੰਡੀ 1509 ਕੰਬਾਈਨ ਵਾਲਾ 2860 ਰੁਪਏ ਉਸ ਤੋਂ ਬਾਅਦ ਅਮਰitsar ਸਾਹਿਬ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2850 ਰੁਪਏ ਰਾਣੀਆਂ ਮੰਡੀ 1509 ਕੰਬਾਈਨ ਵਾਲਾ 2860 ਰੁਪਏ ਪਤਿਆਂਵਾਲ ਮੰਡੀ 1509 ਕੰਬਾਈਨ ਵਾਲਾ 2900 ਬਾਟਰ ਪੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੋ ਗੁਹਾਣਾ ਮੰਡੀ ਦੀ 1509 ਕੰਬਾਈਨ ਵਾਲਾ 2871 ਰੁਪਏ ਰਾਣੀ ਰਤਿਆ ਮੰਡੀ ਦੀ ਗੱਲ ਕਰਦੇ ਹਾਂ 1509 ਕੰਬਾਈਨ ਵਾਲਾ 2937 ਰੁਪਏ 17 18 3216 ਰੁਪਏ ਗਣੋਰ ਮੰਡੀ 1509 ਕੰਬਾਈਨ ਵਾਲਾ 2771 ਰੁਪਏ ਹੱਥ ਵਾਲਾ 3150 ਰੁਪਏ 1847 ਕੰਬਾਈਨ ਵਾਲਾ 2601 ਰੁਪਏ 17 18 ਇੱਥੇ ਟੋਪ ਦਾ ਰੇਟ ਲੱਗਿਆ ਜੀ 3961 ਰੁਪਏ ਤੇ 11 21 ਲੱਗੀ ਆ 4375 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਸ ਤੋਂ ਬਾਅਦ ਸੋਨੀਪਤ ਮੰਡੀ 1509 ਕੰਬਾਈਨ ਵਾਲਾ 2725 ਰੁਪਏ 1509 ਹੱਥ ਵਾਲਾ 3051 ਰੁਪਏ 11 ਕਿ ਦਾ ਰੇਟ ਇੱਥੇ 4121 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਸਫੀਦੋ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2900 ਰੁਪਏ 17 18 ਕੰਬਾਈਨ ਵਾਲਾ 3240 ਰੁਪਏ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਸੈਰ ਮੰਡੀ ਪਹਿਲੇ 1509 ਦੇ ਰੇਟ ਦੱਸੇ ਨੇ 17 18 ਦੇ ਰੇਟ ਇੱਥੇ 3263 ਤੇ 18 47 2760 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਰਿਹਾ ਬਟਾਲਾ ਮੰਡੀ 1509 ਕੰਬਾਈਨ ਵਾਲਾ 2990 ਰੁਪਏ 17 18 3150 ਰੁਪਏ ਮਲੇਰ ਕੋਟਲਾ ਮੰਡੀ 1509 ਕੰਬਾਈਨ ਵਾਲਾ 3070 ਰੁਪਏ 18 47 2850 ਰੁਪਏ ਉਸ ਤੋਂ ਬਾਅਦ ਗੱਲ ਕਰੀਏ ਜੋ ਪੀਲੂ ਖੇੜਾ ਮੰਡੀ ਦੀ 1509 ਕੰਬਾਈਨ ਵਾਲਾ 2975 ਰੁਪਏ 1509 ਹੱਥ ਵਾਲਾ 3340 ਰੁਪਏ ਤੇ ਉਸ ਤੋਂ ਬਾਅਦ 1847 ਕੰਬਾਈਨ ਵਾਲਾ 2800 ਰੁਪਏ 1847 ਹੱਥ ਵਾਲਾ 2841 ਰੁਪਏ 1718 ਇੱਥੇ 3700 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਕੋਟਕਬੂਰਾ ਮੰਡੀ 1509 ਕੰਬਾਈਨ ਵਾਲਾ 3050 ਰੁਪਏ 1847 3050 ਰੁਪਏ 1718 3355 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਪੂਰਨ ਮੰਡੀ 1509 ਕੰਬਾਈਨ ਵਾਲਾ 2841 ਰੁਪਏ ਸਬਾਣਾ ਮੰਡੀ 1509 ਹੱਥ ਵਾਲਾ 3195 ਰੁਪਏ 1847 ਹੱਥ ਵਾਲਾ 2900 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਤਰਨਤਾਰਨ ਮੰਡੀ 1509 ਕੰਬਾਈਨ ਵਾਲਾ 2964 ਰੁਪਏ 1847 2770 ਰੁਪਏ ਚੱਜਰ ਮੰਡੀ 1509 ਕੰਬਾਈਨ ਵਾਲਾ 2750 ਰੁਪਏ 1509 ਹੱਥ ਵਾਲਾ 3200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਫਾਜ਼ਿਲਕਾ ਮੰਡੀ 1509 ਕੰਬਾਈਨ ਵਾਲਾ 3000 ਰੁਪਏ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਜੀਨ ਮੰਡੀ 1500 ਨੂੰ ਕੰਬਾਈਨ ਵਾਲਾ 2835 ਰੁਪਏ 1500 ਨੂੰ ਹੱਥ ਵਾਲਾ 3280 ਰੁਪਏ ਪ੍ਰਤੀ ਕੁਇੰਟਲ ਉਸ ਤੋਂ ਬਾਅਦ ਸਰਸਾ ਮੰਡੀ ਦੀ ਗੱਲ ਕਰੀਏ 1500 ਨੂੰ ਜੋ ਹੱਥ ਵਾਲਾ ਉਹ ਲਗਭਗ 2960 ਰੁਪਏ ਪ੍ਰਤੀ ਕੁਇੰਟਲ 1847 2880 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜੋ ਸਰਸਾ ਮੰਡੀ ਦੇ ਵਿੱਚ ਲੱਗੀ ਹੈ ਉਸ ਤੋਂ ਬਾਅਦ ਸਫੀਦੋ ਮੰਡੀ 1509 ਕੰਬਾਈਨ ਵਾਲਾ 2900 ਰੁਪਏ 1509 ਹੱਥ ਵਾਲਾ 3200 51 ਰੁਪਏ 17 18 ਕੰਬਾਈਨ ਵਾਲਾ 3240 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਇੱਥੇ ਲੱਗਿਆ ਉਸ ਤੋਂ ਬਾਅਦ ਬिलासपुर ਮੰਡੀ 1509 ਕੰਬਾਈਨ ਵਾਲਾ 2650 ਰੁਪਏ ਪੀਆਰ 26 ਜੋ ਹੈ 1980 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਨਰਵਾਣਾ ਮੰਡੀ 1509 ਕੰਬਾਈਨ ਵਾਲਾ 2800 ਰੁਪਏ 18 47 27 2700 ਰੁਪਏ ਪਣੀਪਤ ਮੰਡੀ 1509 ਕੰਬਾਈਨ ਵਾਲਾ 2760 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗੀ ਹੈ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਸਮਾ ਲੱਖਾਂ ਮੰਡੀ ਦੀ 1509 ਹੱਥ ਵਾਲਾ 3201 ਰੁਪਏ 1509 ਕੰਬਾਈਨ ਵਾਲਾ 2800 ਰੁਪਏ 1847 ਕੰਬਾਈਨ ਵਾਲਾ 2601 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਜਿਹੜੇ ਮੇਰੇ ਕਿਸਾਨ ਵੀਰ ਨੇ ਬੀਤੇ ਦਿਨਾਂ ਦੇ ਵਿੱਚ ਆਪਦਾ ਜੋ ਝੋਨਾ ਮੰਡੀ ਦੇ ਵਿੱਚ ਵੇਚਿਆ ਤਾ ਕਮੈਂਟਾਂ ਦੇ ਵਿੱਚ ਆਪਦੇ ਸ਼ਹਿਰ ਦਾ ਨਾਮ ਕੀ ਰੇਟ ਵੀ ਕਿਹਾ ਕਿਹੜੀ ਵੈਰਾਈਟੀ ਸੀ ਜ਼ਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀ ਇਸ ਤੋਂ ਜਾਣਕਾਰੀ ਲੈ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ